ਸੱਚੀ ਗੱਲ ਦੋਸਤੋ ਸ਼ੁਭ ਦੀ ਨਵੀਂ ਐਲਬਮ ਰਿਲੀਜ਼ ਹੋਈ ਹੈ ਲੀਓ ਦੇ ਨਾਮ ਤੋਂ ਤੇ ਉਸ ਦੇ ਵਿੱਚ ਇੱਕ ਗੀਤ ਹੈ ਕਿੰਗ ਸ਼ਿਟ ਤੇ ਕਿੰਗ ਸ਼ਿਟ ਗੀਤ ਦੇ ਵਿੱਚ ਸ਼ੁਭ ਨੇ ਰਿਪਲਾਈ ਦਿੱਤਾ ਹੈ ਪਹਿਲੀ ਵਾਰ ਕੰਗਨਾ ਰਣਾਉਤ ਨੂੰ ਕੰਗਨਰ ਰਣੌਤ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਸਿੱਖ ਨੌਜਵਾਨਾਂ ਦੇ ਖਿਲਾਫ ਬੋਲਦੀ ਹੀ ਰਹਿੰਦੀ ਹੈ ਤੇ ਹਮੇਸ਼ਾ ਹੀ ਉਹ ਮੋਦੀ ਸਰਕਾਰ ਦੀ ਭਗਤੀ ਕਰਦੀ ਰਹਿੰਦੀ ਹੈ ਤੇ ਭਗਤੀ ਦੇ ਦੌਰਾਨ ਹਮੇਸ਼ਾ ਹੀ ਉਹ ਸਿੱਖ ਨੌਜਵਾਨਾਂ ਨੂੰ ਖਾਲਿਸਤਾਨੀ ਕਹਿ ਕੇ ਬੁਲਾਉਂਦੀ ਹੈ ਕੰਗਨਰ ਰਣੌਤ ਦੇ ਨਾਲ ਪੰਜਾਬੀਆਂ ਦਾ ਐਟ ਕੁੱਤੇ ਵਾਲਾ ਬੈਰ ਬਣਿਆ ਹੋਇਆ ਹੈ ਕਿਸਾਨ ਅੰਦੋਲਨ ਤੋਂ ਕਿਉਂਕਿ ਕਿਸਾਨ ਅੰਦੋਲਨ ਦੇ ਟਾਈਮ ਵੀ ਕੰਗਨਰ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਬਹੁਤ ਹੀ ਪੁੱਠੇ ਸਿੱਧੇ ਬਿਆਨ ਦਿੱਤੇ ਸੀਗੇ ਪੰਜਾਬੀ ਲੋਕਾਂ ਦੇ ਖਿਲਾਫ ਤੇ ਪੰਜਾਬੀ ਮਾਵਾਂ ਦੇ ਖਿਲਾਫ ਜੋ ਉੱਥੇ ਅੰਦੋਲਨ ਦੇ ਵਿੱਚ ਭਾਗ ਲੈ ਰਹੀਆਂ ਸਨ ਸੋ ਉੱਥੇ ਵੀ ਦਿਲਜੀਤ ਦੋਸਾਂਝ ਨੇ ਇਸ ਦੀ ਪੂਰੀ ਰੇਲ ਬਣਾਈ ਸੀ ਤੇ ਹੁਣ ਸ਼ੁਭ ਨੇ ਆਪਣੇ ਗੀਤ ਦੇ ਵਿੱਚ ਇਸ ਨੂੰ ਰਿਪਲਾਈ ਕਰਦੇ ਹੋਏ ਲਿਖਿਆ ਹੈ ਹੁਣ ਭਾਲਦੀਆਂ ਫੇਮ ਤੇਰੀ ਮੂਵੀ ਬਿਨਾ ਚੱਲਦੀ ਚਵਲ ਜਨਾਨੀ ਭੌਂਕੇ ਨੇਟ ਉੱਤੇ ਕੱਲ ਦੀ ਫੜਾ ਫੜਾ ਲੀਡਰਾਂ ਦੇ ਹੱਥ ਫੇਰੇ ਚੱਲਦੀ ਨਹੀਂ ਫੇਰ ਵੀ ਨਾ ਚੱਲਦੀ ਤੂੰ ਫੇਰ ਵੀ ਨਾ ਚੱਲਦੀ ਮਤਲਬ ਕੰਗਨ ਰਣੌਤ 24 ਘੰਟੇ ਦੇਸ਼ ਦੀ ਸਰਕਾਰ ਦੀ ਭਗਤੀ ਕਰਦੀ ਹੈ ਤੇ ਪਰ ਦੇਸ਼ ਭਗਤੀ ਵਾਲੀਆਂ ਫਿਲਮਾਂ ਬਣਾਉਣ ਦੇ ਬਾਵਜੂਦ ਵੀ ਉਸ ਦੀ ਕੋਈ ਫਿਲਮ ਹਿੱਟ ਨਹੀਂ ਹੋ ਰਹੀ ਕੰਟੀਨਿਊਸਲੀ ਉਸ ਦੀਆਂ ਫਿਲਮਾਂ ਡਿਜ਼ਾਸਟਰ ਜਾ ਰਹੀਆਂ ਨੇ ਇੰਨਾ ਬਕਵਾਸ ਕਰਨ ਦੇ ਬਾਅਦ ਵੀ ਸੋ ਹੁਣ ਸ਼ੁਭ ਦਾ ਗੀਤ ਇਹ 트ੈਂਡਿੰਗ ਲਿਸਟਾਂ ਦੇ ਵਿੱਚ ਛਾਇਆ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੀਤ ਦੇ ਉੱਪਰ ਰੀਲਸ ਵੀ ਬਣਦੀਆਂ ਹੀ ਰਹਿਣਗੀਆਂ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ